ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਸ਼ੀਤਲ ਅੰਗੂਰਾਲ ਨੇ ਅੱਜ ਆਪਣਾ ਅਸਤੀਫਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪਿਆ ਹੈ ਤੇ ਬੀਤੇ ਦਿਨ ਸ਼ੀਤਲ ਅੰਗੂਰਾਲ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਭਾਜਪਾ ਪਾਰਟੀ ਨੂੰ ਜੁਆਇਨ ਕਰ ਲਿਆ ਸੀ ਤੇ ਅੱਜ ਉਹਨਾਂ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੀਤੇ ਦਿਨ ਉਹਨਾਂ ਭਾਜਪਾ ਪਾਰਟੀ ਜੁਆਇਨ ਕੀਤੀ ਸੀ ਤੇ ਉਹਨਾਂ ਦੇ ਨਾਲ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਰਹੇ ਸੁਸ਼ੀਲ ਰਿੰਕੂ ਨੇ ਵੀ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਸੀ। जलंधर पछमी तो आम आदमी पार्टी के विधायक रहे शीतल अंगूराल ने अज अपना अस्तीफा पंजाब के राज्यपाल बनवारी लाल पुरोहित सौंपया है ते बीते दिन शीतल अंगूराल ने आम आदमी पार्टी के सारे अहुदों तो अस्तीफा दे के भाजपा पार्टी ज्वाइन कर लिया सी ते अज उन्हें अपनी विधानसभा मैंबरशिप तो भी अस्तीफा दे दिता है ते तुहानू इह वी दस दईए कि बीते दिन उन्हें भाजपा पार्टी ज्वाइन की सी ते उन्हां दे नाल जलंधर तो मैंबर पार्लीमेंट रहे सुशील रिंकू ने भी भाजपा के विच शमूलियत की सी।